ਕਿੰਨੀਆਂ ਚੂੜੀਆਂ ਰਹਿ ਗਈਆਂ ਨੇ? ਥੋੜੀਆਂ ਸਾਰੀਆਂ ਰਹਿ ਗਈਆਂ ਨੇ। ਨਹੀਂ ਨਹੀਂ, ਸ਼ਾਮ ਤੱਕ ਵਿਕ ਜਾਣਗੀਆਂ। ਹਾਂ ਵਿਕ ਜਾਣਗੀਆਂ। ਵੈਸੇ ਉਸ ਤੋਂ ਬਾਅਦ ਨਾ ਵੇਚੀ ਫੇ। ਭਾਏ ਜਨਾ, ਬੈ ਤੇਰੀ ਸਿਮ ਨਿਕਲ ਜਾਣੀ। ਨਿਕਲ ਨਹੀਂ ਜਾਣੀ, ਨਿਕਲ ਗਈ ਏ। ਚਾਹ ਚਾਹ ਪਾਣੀ ਡੋਲ ਸਿਮ ਤੇ। ਸਾਫ਼ ਕਰ, ਉਹਨੇ ਥੁੱਕ ਲਾਈ ਸੀ। ਕਿੱਡੀ ਸੋਹਣੀ ਏ ਸਜ਼ਾਦੀ ਏ ਤੂੰ। ਤੂੰ ਚੂੜੀਆਂ ਵੇਚ ਰਹੀ ਆ, ਮਜ਼ਦੂਰੀ ਕਰ ਰਹੀ, ਮੇਰੇ ਦਿਲ ਨੂੰ ਖਿੱਚ ਪੈ ਰਹੀ ਏ। ਤੇ ਘਰ ਬਿਠਾ ਦੇਣਾ। ਬਿਠਾ ਦਵਾਂ, ਮੇਰਾ ਘਰ ਛੋਟਾ ਜਿਹਾ, ਅਸੀਂ ਆਪ ਖਲੋ ਕੇ ਸੁੱਤੇ ਹੁੰਦੇ ਆ। ਲੈ ਗਿਆ ਫਿਰ ਇਹਨੂੰ ਵੀ ਖਿਲਾਰਦੇ ਕਿਤੇ। ਏਡਾ ਛੋਟਾ ਘਰ ਏ, ਉਹ ਨਾਲ ਦਿਆਂ ਨੇ ਮੋਚੀ ਕਿੱਲ ਠੋਕਿਆ ਮੇਰੇ ਅੱਬੇ ਦੀ ਵੱਖੀ ਚ ਵੱਜਾ। ਅਮਾਨ, ਸਾਡੇ ਘਰ ਤੇ ਅੱਧਾ ਮੈਚ ਚੱਲਦਾ। ਉਹ ਕਿਉਂ? ਲੋਕਾਂ ਦੇ ਘਰ 300 ਸਕੋਰ ਹੁੰਦੇ ਆ, ਸਾਡੇ 150 ਹੁੰਦਾ। ਵਜ੍ਹਾ ਕੀ? ਜਗ੍ਹਾ ਥੋੜੀ ਹੈ ਨਾ, ਟੀਵੀ ਅੱਧਾ ਅੰਦਰ, ਅੱਧਾ ਨਾਲ ਦਿਆਂ ਦਾ ਘਰ ਪਿਆ। ਬਹੁ ਮੇਰੀ ਗੱਲ ਸੁਣ। ਜੀ ਜੀ। ਤੂੰ ਮੈਨੂੰ ਕਹਿੰਦਾ ਚੂੜੀਆਂ ਨਾ, ਮੈਂ ਵੰਗਾ ਵੇਚਾ ਕਰਾਂ, ਠੀਕ ਹੈ? ਤੇ ਤੂੰ ਹੀ ਵੰਗਾ ਲੈ ਲਿਆ ਮੇਰੇ ਕੋਲੋਂ। ਮੈਂ ਲੈ ਲਵਾਂ? ਮੈਂ ਮੌਤ ਦਾ ਖੂਹ ਛੱਡ ਦਿੱਤਾ ਹੈ। ਮੇਰਾ ਵਿਆਹ ਹੋ ਜਾਏ ਤੇ ਮੈਂ ਚਲੋ ਵੇਚਦਾ, ਲੇਕਿਨ ਮੰਗਣੀ ਮੇਰੀ ਹੋਈ ਹੈ। ਅੱਛਾ, ਉਹਦੀ ਖਾਤਰ ਮੈਂ ਲੈ ਸਕਣਾ? ਤੇ ਲੈ ਲੈ ਨਾ ਭਾਉ, ਲੈ ਲੈ ਨਾ। ਚਲ ਦੇ ਦੇ ਚੂੜੀਆਂ ਕਿੰਨੀਆਂ? ਇਹ 600 ਰੁਪਏ ਦਰਜਨ ਨੇ, ਇਹ 400 ਰੁਪਏ ਦਰਜਨ ਨੇ, ਇਹ 1000 ਰੁਪਏ ਦਰਜਨ ਨੇ। ਤੇ ਦੋ ਚੂੜੀਆਂ ਐ ਦੇ ਦੇ, ਦੋ ਐ ਦੇ ਦੇ, ਤੇ ਦੋ ਐ ਦੇ ਦੇ। ਉਹ ਕਿਉਂ? ਮੰਗਣੀ ਹੋਈ ਹੈ ਨਾ, ਕਿਹੜਾ ਵਿਆਹ ਹੋਇਆ ਵੀ ਦਰਜਨ ਪਵਾਵਾਂ। ਉਹ ਤੂੰ ਬੇਗਮ ਨੂੰ ਚੂੜੀਆਂ ਪਵਾ, ਤੂੰ ਮਤੰਜਨ ਪਵਾਉਣ ਦੇ। ਉਹ ਤਾਂ ਬੰਦਾ ਨਾ ਨਾ ਬਣਦਾ, ਇਹ ਤਾਂ ਬਾਂਦਰ ਬਣਨਾ ਸੀ। ਚਲ ਚਲ, ਮੈਂ ਤੈਨੂੰ ਪਵਾ ਲੱਗੀ ਤੇ ਚੀਕਾ ਨਾ ਕੱਢੀ। ਠੀਕ ਹੈ। ਉਹ ਤੇਰੀ ਭੈਣ ਨੂੰ, ਉਹ ਤੁਹਾਡੇ ਦੋਵਾਂ ਤੋਂ ਇੱਕੋ ਸੇਮ ਨੇ। ਮੈਂ ਸਮਝਿਆ ਰੇ, ਮੇਰੇ ਮੋਬਾਈਲ 'ਚ ਆਵਾਜ਼ ਆਈ, ਤੂੰ ਵੀ ਇਹੀ ਬੱਲਾ ਭਰ ਗਿਆ। ਲੈ ਫੜ ਲੈ, ਚੱਲ ਦੇ ਮੇਰੀ ਗੱਲ ਸੁਣ। ਪੈਸੇ ਮੈਂ ਤੈਨੂੰ ਘਰ ਆ ਕੇ ਦਾਂਗੀ, ਠੀਕ ਹੈ ਨਾ? ਸਜ਼ਾਦੀਆਂ ਮੈਂ ਸਾਰੀਆਂ ਮੰਗੇ ਤੇ ਕੋ ਖਰੀਦ ਲੈਣਾ, ਜੇ ਮੇਰੀ ਮੰਗਣੀ ਨਾ ਹੋਈ ਹੁੰਦੀ, ਵਿਆਹ ਹੋਇਆ ਹੁੰਦਾ ਤੇ। ਹਾਂ ਸੌਰੀ, ਮੇਰੀ ਮੰਗਣੀ ਹੋ ਗਈ, ਮੈਂ ਕੁਝ ਕਰ ਨਹੀਂ ਸਕਦਾ। ਕਿਉਂ ਜੀ ਭਈ? ਆਓ ਮੇਰੀ ਗੱਲ ਸੁਣ, ਇਹਨਾਂ ਸਭ ਦੇ ਵਿੱਚੋਂ ਤੂੰ ਮੈਨੂੰ ਚੰਗਾ ਲੱਗਾ? ਮਿਹਰਬਾਨੀ ਤੇਰੀ, ਬਹੁਤ ਸ਼ੁਕਰੀਆ, ਲੇਕਿਨ ਮੈਂ ਮੰਗਣੀ ਕਰ ਚੁੱਕਾ, ਮਾਫੀ ਚਾਹੁੰਦਾ। ਮੰਗਣੀ ਕਿਉਂ ਕੀਤੀ ਤੂੰ? ਮਾਂ ਪਿਓ ਨੇ ਕਹਿ ਤਾਂ ਕਰਨੀ ਪੈ ਗਈ। ਤੂੰ ਮੇਰੇ ਨਾਲ ਕਰਨੀ ਸੀ ਨਾ? ਉਹ ਦਿਲ ਨਾ ਤੋੜ ਯਾਰ, ਰਹੀ ਹੁਣ ਫੜ ਲੈ ਯਾਰ, ਦਿਲ ਨਾ ਤੋੜ। ਤੂੰ ਮੇਰਾ ਦਿਲ ਤੋੜਦਾ ਹੈ? ਉਹਦੇ ਹੱਥ ਫੜ ਲੈ ਯਾਰ, ਦਿਲ ਨਾ ਤੋੜ, ਜ਼ਾਲਮ ਨਾ ਬਣ। ਇਸ ਤਰ੍ਹਾਂ ਤੂੰ ਮੈਨੂੰ 6 ਹੱਥ ਫੜਾ ਬੈਠਾ। ਮੈਂ ਚਾਹਨਾ ਯਾਰ ਬੱਚੀ ਹੱਥੋਂ ਹੱਥ ਨਹੀਂ। ਨਹੀਂ ਯਾਰ, ਕਿਸੇ ਨੂੰ ਬਰਬਾਦ ਕਰਨ ਤੋਂ ਪਹਿਲੇ ਉਹਨੂੰ ਦੱਸ ਦੇਣਾ ਚਾਹੀਦਾ ਮੇਰੀ ਮੰਗਣੀ ਹੋਈ ਹੈ, ਮੈਂ ਮਾਫੀ ਚਾਹੁੰਦਾ। ਸੌਰੀ। ਮਜ਼ਾ ਆਉਣ ਲੱਗਾ ਤੇ ਬੰਦ ਕਰਤਾ ਹੀ ਹੈ। ਪੁੱਛ ਨਾ, ਉਹ ਮੰਗਣੀ ਟੁੱਟੇਗੀ। ਮੈਂ ਤਾਂ ਰਾਤ ਨੂੰ ਦੱਸਾਂ, ਭਰਜਾਈ ਅੰਦਰ ਬੈਠੀ, ਪੈਸੇ ਦੇਣੇ ਕਿ ਉਹਨੂੰ ਲੈ ਕੇ ਜਾਣਾ। ਬਾਹਰ ਨਿਕਲਾ ਝੂਠੇ ਚੌਧਰੀਆ, ਪਹਿਲੋਂ ਇੱਕ ਮਾਰਿਆ ਸੀ ਤਾਂ ਮੇਰਾ ਭਰਾ ਦੀ ਸਜ਼ਾ ਕੱਟ ਰਿਹਾ, ਦੂਜਾ ਮੈਂ ਮਾਰ ਲਈ, ਨਿਕਲਾ ਚੌਧਰੀ ਨਵਾਜ਼ ਦਾ ਨਿਸ਼ਾਨਾ ਕਦੀ ਮਿਸ ਨਹੀਂ ਹੋਇਆ। ਸੋਚਦਾ ਤੇ ਹੋਏਗਾ ਮੈਨੂੰ ਕਿਉਂ ਨਹੀਂ ਮਾਰਿਆ? ਮਾਰਿਆ ਤੈਨੂੰ ਇਸ ਲਈ ਨਹੀਂ ਕਿ ਤੇਰੀਆਂ ਚੀਕਾਂ ਦੀ ਆਵਾਜ਼ ਪੂਰਾ ਮਹੀਨਾ ਮੇਰੇ ਕੰਨਾਂ 'ਚ ਪੈਣੀ ਚਾਹੀਦੀ ਹੈ।
ਦਿੱਤਾ, ਕਲਮਾ ਸ਼ਹਾਦਤ ਮੁੱਕ ਗਿਆ। ਓ ਗੰਦੀ ਨਸਲ ਦਿਆ ਨਿਉਂਦਰਾ ਬਾਪਾ ਚੱਲਈ, ਜਾ ਜਿਹਨੂੰ ਤਿਲ ਕਹਿੰਦੀ ਦੱਸੀ ਗੁੱਜਾ ਲਾਇਆ ਨੀ। ਓ ਕੀ ਹੋਇਆ ਤੈਨੂੰ ਪੁੱਤਰਾ? ਉਹ ਚੌਧਰੀ ਨੂੰ ਆਸ, ਇਹ ਕਿੰਨੇ ਤੈਨੂੰ ਗੋਲੀ ਮਾਰੀ ਹੈ? ਅੱਬਾ ਅੱਬਾ, ਦੁਸ਼ਮਣ ਫਿਰ ਨਵੀਂ ਦੁਸ਼ਮਣੀ ਦਾ ਨਿਉਂਦਰਾ ਪਾ ਕੇ ਹੀ ਕਿਉਂ ਕਹਿ ਕੇ ਗਿਆ ਕਿ ਮੈਂ ਫਿਰ ਆਵਾਂਗਾ? ਮੈਂ ਤੇ ਚਾਹੁੰਦਾ ਸਾਂ ਕਿ ਦੁਸ਼ਮਣੀ ਮੁੱਕ ਜੇ। ਉਹਨੇ ਸਾਡੇ ਜ਼ਖਮਾਂ ਤੇ ਲੂਣ ਸੁੱਟ ਕੇ ਸਾਡੇ ਜ਼ਖਮ ਤਾਜ਼ਾ ਕਰ ਦਿੱਤੇ ਨੇ। ਹੁਣ ਮੈਨੂੰ ਸ਼ੇਰਨੀ ਨੂੰ ਪਿੰਜਰੇ ਦੇ ਵਿੱਚੋਂ ਬਾਹਰ ਕੱਢਣਾ ਹੀ ਪੈਣਾ। ਉਹ ਗੱਲ ਸੁਣ ਚੌਧਰੀ, ਵੈਰ ਦਾ ਭਾਰ ਮੇਰੇ ਮੋਢੇ ਤੇ ਰੱਖ ਲੈ ਤੇ ਜੇ ਮੈਂ ਹੀਰੇ ਕੁੱਟੇ ਦਾ ਸਿਰ ਲੈ ਕੇ ਨਾ ਆਵਾਂ ਤੇ ਮੈਨੂੰ ਨੂਰਾਂ ਚ ਕੇਟ ਲੈ ਮੰਨੀ। ਚੌਧਰੀ ਸਾਹਿਬ, ਅਸੀਂ ਤੁਹਾਡੇ ਤੋਂ ਜਾਨ ਕੁਰਬਾਨ ਕਰ ਦਿਆਂਗੇ। ਬਸ ਕਰੇ, ਇਹ ਦੁਸ਼ਮਣੀ ਦਾ ਭਾਰ ਸਿਰਫ ਮੇਰੀ ਸ਼ੇਰਨੀ ਪੀ ਚੁੱਕੇਗੀ। ਉਹ ਫਿਰ ਅਸੀਂ ਲੈ ਕੇ ਆਉਂਦੇ ਹਾਂ। ਓਏ ਕੀ ਗੱਲ ਹੈ ਪਿਓ, ਆਖਰ ਤੈਨੂੰ ਸ਼ੇਰਨੀ ਨੂੰ ਪਿੰਜਰੇ ਚੋਂ ਬਾਹਰ ਕੱਢਣਾ ਹੀ ਪਿਆ ਨਾ। ਓਏ ਕਰ ਲਈ ਚਾਹ ਆਪਣਾ ਪੂਰਾ, ਇੱਕ ਪੁੱਤਰ ਮਰਵਾ ਕੇ ਤੇ ਦੂਸਰਾ ਜ਼ਖਮੀ ਕਰਵਾ ਕੇ। ਓਏ ਹੁਣ ਮੂੰਹ ਲਮਕਾ ਕੇ ਖਲੋ ਗਿਆ। ਓਏ ਹੁਕਮ ਕਰ ਪਿਓ। ਸ਼ੇਰਨੀਏ, ਤੇਰੇ ਨਾਲ ਮੈਨੂੰ ਇੱਕ ਕੰਮ ਪੈ ਗਿਆ। ਤੇਰੇ ਭਰਾ ਨੂੰ ਦੁਸ਼ਮਣ ਗੋਲੀ ਮਾਰ ਗਏ ਨੇ, ਇਹਦਾ ਬਦਲਾ ਜਾ ਕੇ ਤੂੰ ਲੈਣਾ। ਓਏ ਲਾਵਾਂ ਛੱਟਾ, ਓ ਨਖਚ ਓ ਨਖਚ ਕੇ ਖਾ ਲਵਾ ਤੇ ਬੰਦਾ ਮਾਰ ਦਿਆ। ਓ ਚੁੱਪ ਕਰ ਸ਼ੇਰਾ। ਤੈਨੂੰ ਆਪਣੇ ਹੱਥੀ ਗੋਲੀ ਮਾਰ ਦਵਾਂ ਜਿਹੜਾ ਆਪਣੇ ਭਰਾ ਦੀ ਮੌਤ ਦਾ ਬਦਲਾ ਨਹੀਂ ਲੈ ਸਕਿਆ। ਓਏ ਅੱਗ ਲਾਵਾਂ ਤੇਰੀ ਇਸ ਜਵਾਨੀ ਨੂੰ। ਓਏ ਪਿਓ। ਹਾਂ ਸ਼ੇਰਨੀਏ, ਮੇਰਾ ਜੀ ਤੇ ਕਰਦਾ ਸੀ ਕਿ ਤੈਨੂੰ ਇਸ ਲੋਹੇ ਦੇ ਪਿੰਜਰੇ ਦੇ ਵਿੱਚੋਂ ਕੱਢ ਕੇ ਤੇ ਡੋਲੀ 'ਚ ਪਾ ਕੇ ਇੱਜ਼ਤ ਨਾਲ ਅਗਲੇ ਘਰ ਤੋੜ ਦਿਆਂ। ਹੁਣ ਤੇਰੀਆਂ ਨਸੀਹਤਾਂ ਦਾ ਵੇਲਾ ਮੁੱਕ ਗਿਆ ਪਿਓ। ਤੂੰ ਤੇ ਇਹ ਚਾਹੁੰਦਾ ਹਵਾ ਵੀ ਚਲਦੀ ਰਵੇ ਤੇ ਦੀਵਾ ਵੀ ਨਾ ਪੁੱਜੇ, ਇਹ ਨਹੀਂ ਹੋਣਾ ਪਿਓ। ਓਏ ਜੱਗੂ ਤੇ ਬੱਗੂ। ਹਾਂਜੀ ਚੁਟਾਣੀ ਜੀ। ਓਏ ਆਓ ਮੇਰੇ ਨਾਲ। ਠੀਕ ਹੈ ਸ਼ੇਰਨੀਏ। ਮੈਂ ਇੱਧਰ ਸ਼ੇਰ ਬਣ।
ਭਾਈ ਫੈਸਲਾ ਕਰੋ ਕੁੱਤਾ ਕੌਣ ਹੈ।